ਸਟੂਡੈਂਟਸ ਵੈਲਕਮ ਟੂ ਸਟੱਡੀ ਪੁਆਇੰਟ 44 ਹਾਂਜੀ ਪੰਜਾਬ ਪੁਲਿਸ ਕੌਨਸਟੇਬਲ 2023 ਵਾਲੀ ਜਿਹੜੀ ਪਰਤੀ ਹੈ ਤਾਂ ਉਹਦਾ ਜਿਹੜਾ ਫਾਈਨਲ ਰਿਜ਼ਲਟ ਹੈ ਉਸ ਨੂੰ ਆਊਟ ਕਰ ਦਿੱਤਾ ਗਿਆ ਯਾਨੀ ਕਿ ਜਿਹੜੇ ਤੁਹਾਡੇ ਸਕੋਰ ਕਾਰਡ ਨੇ ਠੀਕ ਹੈ ਉਹ ਤੁਸੀਂ ਚੈੱਕ ਕਰਕੇ ਦੇਖ ਸਕਦੇ ਹੋ ਇਸ ਤੇ ਰਿਗਾਰਡਿੰਗ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਸੀਗੀ ਠੀਕ ਹੈ ਆਪਣੇ ਚੈਨਲ ਤੇ ਵਿਜ਼ਿਟ ਕਰੋ ਸਟੱਡੀ ਪੁਆਇੰਟ 44 ਚੈਨਲ ਤੇ ਵਿਜ਼ਿਟ ਕਰੋ ਉੱਥੇ ਤੁਹਾਨੂੰ ਉਹ ਵੀਡੀਓ ਮਿਲ ਜੇਗੀ ਕਿਦਾਂ ਤੁਸੀਂ ਸਕੋਰ ਕਾਰਡ ਆਪਣੇ ਚੈੱਕ ਕਰਨੇ ਨੇ ਉੱਥੇ ਤੁਸੀਂ ਵਿਜ਼ਿਟ ਕਰਕੇ ਆਪਣੇ ਜਿਹੜੇ ਸਕੋਰ ਕਾਰਡ ਨੇ ਉਹਨਾਂ ਨੂੰ ਜ਼ਰੂਰ ਚੈੱਕ ਕਰਕੇ ਦੇਖ ਲੈਣਾ। ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਹੜੀ ਕੱਟ-ਆਫ ਹੈ ਉਹ ਕਿੱਥੋਂ ਤੱਕ ਰਹਿਣ ਦੀ ਪੌਸਿਬਿਲਿਟੀ ਰਹੇਗੀ। ਠੀਕ ਹੈ ਇਸ ਤੋਂ ਲਵਾ ਜੇਕਰ ਆਪਾਂ ਗੱਲ ਕਰੀਏ ਕਿੰਨੇ ਨੰਬਰਾਂ ਵਾਲਾ ਜਿਹੜਾ ਵਿਦਿਆਰਥੀ ਹੈ ਉਹ ਬਿਲਕੁਲ ਸੇਵ ਹੈ। ਤੁਹਾਨੂੰ ਪਤਾ ਹੋਵੇਗਾ ਇਹਦੇ ਵਿੱਚ ਦੋ ਪੇਪਰ ਹੋਏ ਸੀਗੇ। ਪੇਪਰ ਜੇਕਰ ਆਪਾਂ ਵਨ ਦੀ ਗੱਲ ਕਰੀਏ ਠੀਕ ਹੈ ਪੇਪਰ ਜਿਹੜਾ ਵਨ ਸੀਗਾ ਉਹ ਸੀਗਾ 100 ਨੰਬਰ ਦਾ ਇਸ ਤਰ੍ਹਾਂ ਜੇਕਰ ਆਪਾਂ ਪੇਪਰ 2 ਦੀ ਗੱਲ ਕਰੀਏ ਤਾਂ ਉਹ ਸੀਗਾ 50 ਨੰਬਰ ਦਾ ਠੀਕ ਹੈ ਪਹਿਲੀ ਗੱਲ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਜਿਹੜਾ ਪੇਪਰ 2 ਸੀਗਾ 50 ਨੰਬਰ ਦਾ ਜੇਕਰ ਤੁਹਾਡੇ ਉਹਦੇ ਵਿੱਚੋਂ ਨਾਰਮਲਾਈਜੇਸ਼ਨ ਮੁਤਾਬਿਕ ਠੀਕ ਹੈ ਮਾਰਕਸ 25 ਪਲੱਸ ਬਣ ਪਾਰੇ ਨੇ 25 ਪਲੱਸ ਤਾਂ ਤੁਸੀਂ ਤੁਹਾਡਾ ਜਿਹੜਾ ਰਿਜ਼ਲਟ ਹੈ ਉਹ ਪਾਸ ਮੰਨਿਆ ਜਾਵੇਗਾ ਪੇਪਰ 2 ਦੇ ਵਿੱਚੋਂ ਠੀਕ ਹੈ ਜੇਕਰ ਤੁਹਾਡੇ 25 ਮਾਰਕਸ ਨਹੀਂ ਬਣ 파 ਰਹੇ ਤਾਂ ਤੁਹਾਡਾ ਜਿਹੜਾ ਪੇਪਰ 2 ਹੈ ਪੰਜਾਬੀ ਵਾਲਾ ਜਿਸ ਨੂੰ ਆਪਾਂ 온ਲੀ ਕੁਆਲੀਫਾਈ ਕਰਨਾ ਸੀ ਤਾਂ ਉਹ ਤੁਹਾਡਾ ਜਿਹੜਾ ਪੇਪਰ ਹੈ ਉਹ ਫੇਲ ਮੰਨਿਆ ਜਾਵੇਗਾ ਐਂਡ ਦੂਜਾ ਪੇਪਰ ਕਿਸੇ ਕੰਮ ਦਾ ਨਹੀਂ ਹੋਵੇਗਾ ਚਾਹੇ ਤੁਹਾਡੇ ਉਹਦੇ ਵਿੱਚ 90 ਨੰਬਰ ਵੀ ਹੈਗੇ ਨੇ ਠੀਕ ਹੈ ਪਹਿਲੇ ਜਿਹੜਾ ਪੇਪਰ 2 ਸੀਗਾ ਪੰਜਾਬੀ ਵਾਲਾ 50 ਨੰਬਰ ਦਾ ਉਹਦੇ ਵਿੱਚੋਂ 25 ਨੰਬਰ ਲੈਣੇ ਜ਼ਰੂਰੀ ਸਨ ਇਹ ਗੱਲ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਜੇਕਰ 25 ਨੰਬਰ ਤੁਹਾਡੇ ਨਹੀਂ ਆਏ ਤਾਂ ਦੂਜਾ ਪੇਪਰ ਜਿਹੜਾ ਹੈ ਉਹ ਕਿਸੇ ਕੰਮ ਦਾ ਨਹੀਂ ਰਹੇਗਾ ਯਾਨੀ ਕਿ ਜਿਹੜਾ 100 ਨੰਬਰ ਦਾ ਪੇਪਰ ਹੈ ਉਹ ਕਿਸੇ ਕੰਮ ਦਾ ਨਹੀਂ ਹੋਵੇਗਾ ਕਟੋਕਾਟ 25 ਮਾਰਕਸ ਦੇ ਵਿੱਚ ਜ਼ਰੂਰੀ ਸਨ ਤਾਂ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਜਿਹੜੀ ਕੈਟਾਗਰੀ ਵਾਈਜ਼ ਕੱਟਆਫ ਹੈ ਠੀਕ ਹੈ ਜਾਂ ਜਿਹੜੇ ਮਾਰਕਸ ਨੇ ਠੀਕ ਹੈ ਉਹ ਕਿੰਨੇ ਨੰਬਰਾਂ ਵਾਲਾ ਜਿਹੜਾ ਉਤਾਰਤੀ ਹੈ ਸੇਫ ਰਹੇਗਾ ਸੋ ਵੀਡੀਓ ਦਾ ਤੁਸੀਂ ਅੰਤ ਤੱਕ ਬਣੇ ਰਹੋ ਐਂਡ ਜਿਹੜੇ ਵੀ ਵਿਦਿਆਰਥੀ ਚੈਨਲ ਤੇ ਨਵੇਂ ਹਨ ਤਾਂ ਪਲੀਜ਼ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਵੀ ਪ੍ਰੈਸ ਕਰ ਲਵੋ ਤਾਂ ਜੋ ਜਦੋਂ ਵੀ ਕੋਈ ਨੈਕਸਟ ਵੀਡੀਓ ਅਪਲੋਡ ਹੁੰਦੀ ਆ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟਾਈਮ ਮਿਲ ਸਕੇ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਬੇਟਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਕੱਟ-ਆਫ ਹੈ ਕਿੰਥੋਂ ਤੱਕ ਰਹਿਣ ਦੀ ਪੋਸੀਬਿਲਿਟੀ ਰਹੇਗੀ ਇਥੇ ਤੁਸੀਂ ਦੇਖੋ 19 ਘੰਟੇ ਪਹਿਲਾਂ ਮੈਂ ਇੱਕ ਪੋਸਟ ਪਾਈ ਸੀਗੀ ਪੰਜਾਬ ਪੁਲਿਸ ਕਾਂਸਟੇਬਲ 2023 ਪੇਪਰ 1 ਵਿੱਚੋਂ ਕਿੰਨੇ ਨੰਬਰ ਬਣ پا ਰਹੇ ਨੇ ਯਾਨੀ ਕਿ ਜਿਹੜਾ 100 ਨੰਬਰ ਦਾ ਪੇਪਰ ਹੋਇਆ ਸੀਗਾ ਉਹਦੇ ਵਿੱਚੋਂ ਤੁਹਾਡੇ ਕਿੰਨੇ ਮਾਰਕਸ ਬਣ پا ਰਹੇ ਨੇ ਇੱਥੇ ਜੇਕਰ ਆਪਾਂ ਧਿਆਨ ਦੇ ਨਾਲ ਦੇਖੀਏ 80 ਪਲੱਸ ਵਾਲੇ ਜਿਹੜੇ ਵਿਦਿਆਰਥੀ ਨੇ ਉਹ ਹੈਗੇ ਨੇ 9% 70 ਪਲੱਸ ਵਾਲੇ 18% ਹੈਗੇ ਨੇ 60 ਪਲੱਸ ਵਾਲੇ 29% ਨੇ 50 ਪਲੱਸ ਵਾਲੇ 25% ਨੇ ਤੇ 40 ਪਲੱਸ ਵਾਲੇ ਜਿਹੜੇ ਵਿਦਿਆਰਥੀ ਨੇ ਉਹਨੇ 19% ਤਾਂ ਸਭ ਤੋਂ ਵੱਧ ਜੇਕਰ ਆਪਾਂ ਗੱਲ ਕਰੀਏ ਤਾਂ ਸਭ ਤੋਂ ਵੱਧ ਜਿਹੜੇ ਵਿਦਿਆਰਥੀ ਹੈਗੇ ਨੇ ਉਹ ਹੈਗੇ ਨੇ 60 ਪਲੱਸ ਨੰਬਰਾਂ ਵਾਲੇ ਠੀਕ ਆ ਤਾਂ ਇੱਥੋਂ ਇੱਕ ਇਹ ਆਈਡੀਆ ਲੱਗ ਜਾਂਦਾ ਹੈ ਕਿ ਜਿਹੜੀ ਕੱਟ ਆਫ ਹੈ ਉਹ 60 ਦੇ ਨੇੜੇ ਤੇੜੇ ਰਹੇਗੀ ਯਾਨੀ ਕਿ 60 ਪਲੱਸ ਰਹਿਣ ਦੀ ਪੌਸਿਬਿਲਟੀ ਰਹਿ ਸਕਦੀ ਹੈ ਇਹਦੇ ਵਿੱਚ ਇਹ ਮੈਂ ਗੱਲ ਮੈਂਸ਼ਨ ਨਹੀਂ ਕੀਤੀ ਸੀ ਕਿ ਤੁਸੀਂ ਕਿਹੜਾ ਗ੍ਰਾਈਡ ਰਿਵਾਈਜ਼ ਜਿਹੜੇ ਨੰਬਰ ਦੱਸਨੇ ਨੇ ਬਾਕੀ ਬਹੁਤ ਸਾਰੇ ਵਿਦਿਆਰਥੀ ਅਜੇ ਵੀ ਹੋਣਗੇ ਜਿਨ੍ਹਾਂ ਨੇ ਆਪਣੇ ਆਪਣੇ ਮਾਰਕਸ ਛੱਡਨੇ ਠੀਕ ਹੈ ਉਹ ਗਲਤ ਦੱਸੇ ਹੋਣਗੇ ਉਹਨਾਂ ਦੇ ਹੋ ਸਕਦਾ ਮਾਰਕਸ ਕੱਟ ਹੋਣ ਬਟ ਇਹਦੇ ਵਿੱਚ ਜਿਹੜੀ ਵੋਟ ਹੈ ਉਹ ਗਲਤ ਕੀਤੀ ਹੋਵੇ ਠੀਕ ਹੈ ਵੱਧ ਨੰਬਰਾਂ ਬੜੀ ਜਿਹੜੀ ਵੋਟ ਕੀਤੀ ਹੋਵੇ ਤਾਂ ਬਹੁਤ ਫਰਕ ਪਏਗਾ ਬਾਕੀ ਜੇਕਰ ਆਪਾਂ ਸਭ ਤੋਂ ਵੱਧ ਵੈਲਿਊ ਦੀ ਗੱਲ ਕਰੀਏ ਤਾਂ 29% ਵਿਦਿਆਰਥੀ ਆਏ ਨੇ ਜਿਨ੍ਹਾਂ ਦੇ 60 ਪਲੱਸ ਨੰਬਰ ਬਣ ਪਾ ਰਹੇ ਨੇ ਤਾਂ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਸ਼ੋਰ ਕੀਤੀ ਸੀ ਜੇਕਰ ਤੁਹਾਡੇ ਜਰਨਲ ਕੈਟਾਗਰੀ ਦੇ ਵਿੱਚੋਂ 70 ਪਲੱਸ ਨੰਬਰ ਬਣ ਪਾ ਰਹੇ ਨੇ ਤਾਂ ਤੁਹਾਨੂੰ ਜਿਹੜੀ ਹੈ ਫਿਜ਼ੀਕਲ ਟ੍ਰਾਇਲ ਦੀ ਜਿਹੜੀ ਹੈ ਤਿਆਰੀ ਕਰਨੀ ਚਾਹੀਦੀ ਹੈ ਇੱਥੇ ਤੁਸੀਂ ਦੇਖੋ 60 ਪਲੱਸ ਨੰਬਰ ਜਿਹੜੇ ਵਾਲੇ ਵਿਦਿਆਰਥੀ ਹੈਗੇ ਨੇ ਉਹਨੇ 29% ਤਾਂ ਇਥੋਂ ਆਪਾਂ ਇੱਕ ਗਾੜੀ ਲਗਾ ਸਕਦੇ ਹਾਂ ਚਾਹੀ ਕੈਟਾਗਰੀ ਕੋਈ ਵੀ ਹੋਵੇ ਚਾਹੀ ਉਹ ਕੈਟਾਗਰੀ ਜਨਰਲ ਹੋਵੇ ਠੀਕ ਹੈ OBC ਕੈਟਾਗਰੀ ਹੋਵੇ ਫਿਰ ਸਲਵਾ SC ਕੈਟਾਗਰੀ ਹੋਵੇ SCRO ਹੋ ਗਿਆ ਤੇ SC MP ਕੈਟਾਗਰੀ ਹੋਵੇ ਠੀਕ ਹੈ ਖਾਸ ਕਰਕੇ ਇਹਨਾਂ ਕੈਟਾਗਰੀਆਂ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਸਭ ਤੋਂ ਵੱਧ ਹੁੰਦੇ ਨੇ EWS ਕੈਟਾਗਰੀ ਇੱਕ ਹੋ ਗਈ ਇਹਨਾਂ ਦੇ ਵਿਦਿਆਰਥੀ ਵੀ ਕਾਫੀ ਹੁੰਦੇ ਨੇ ਇਸ ਤੋਂ ਲੱਗ ਚੁੱਕਾ ਪਾ ਗੱਲ ਕਰੀਆ ਇੱਕ ਸਰਵਿਸਮੈਨ ਤਾਂ ਉਹਨਾਂ ਦੀ ਜਿਹੜੀ ਕੱਟ ਆਫ ਹੈ ਡਾਊਨ ਜਾਣ ਦੀ ਪੋਸਿਬਿਲਟੀ ਰਹੇਗੀ 50 ਦੇ ਜਿਹੜੇ 50 ਤੋਂ ਕੱਟ ਵੀ ਰਹਿ ਸਕਦੀ ਆ ਐਕਸ ਸਰਵਿਸਮੈਨ ਜਿਹੜੇ ਹੁੰਦੇ ਨੇ ਠੀਕ ਆ ਕਿਉਂਕਿ ਪੋਸਟ ਆ ਵੀ ਕਾਫੀ ਉਹਨਾਂ ਦੀ ਹੁੰਦੀਆਂ ਨੇ ਐਡ ਜਿਹੜੇ ਪੇਪਰ ਦੇਣ ਵਾਲੇ ਵਿਦਿਆਰਥੀ ਹੁੰਦੇ ਨੇ ਉਹ ਬਹੁਤ ਘੱਟ ਹੁੰਦੇ ਨੇ ਤਾਂ ਉਹਨਾਂ ਦੀ ਕੱਟ ਆਫ ਘੱਟ ਰਹਿਣ ਦੀ ਪੋਸਿਬਿਲਟੀ ਰਹੇਗੀ ਹੁਣ ਆਪਾਂ ਗੱਲ ਕਰਦੇ ਆ ਇਹ ਪਿਛਲੀ ਵੀਡੀਓ ਵਿੱਚ ਮੈਂ ਦੱਸਿਆ ਸੀ ਕਿ 70 ਪਲੱਸ ਜੇਕਰ ਤੁਹਾਡੇ ਨੰਬਰ ਆਣ ਪਾ ਰਹੇ ਨੇ ਤਾਂ ਤੁਹਾਨੂੰ ਫਿਜ਼ੀਕਲ ਟ੍ਰਾਇਲ ਦੀ ਤਿਆਰੀ ਕਰਨੀ ਚਾਹੀਦੀ ਹੈ ਜਨਰਲ ਕੈਟਾਗਰੀ ਬਲੇ ਵਿਦਿਆਰਥੀਆਂ ਨੂੰ ਮੈਂ ਦੱਸਿਆ ਸੀਗਾ ਤਾਂ ਇੱਥੇ ਤੁਸੀਂ ਦੇਖੋ ਹੁਣ ਤੱਕ 2600 ਵਿਦਿਆਰਥੀਆਂ ਨੇ ਲਗਭਗ ਇਹਦੇ ਵਿੱਚ ਵੋਟ ਕੀਤੀ ਹੈ ਠੀਕ ਹੈ 2600 ਵਿਦਿਆਰਥੀਆਂ ਨੇ ਹੁਣ ਤੱਕ ਵੋਟ ਕੀਤੀ ਹੈ ਤਾਂ ਲਗਭਗ 8 ਤੋਂ 10 ਦਿਨਾਂ ਬਾਅਦ 8-10 ਆਪਾਂ ਕਹਿੰਦੇ 5 ਤੋਂ 6 ਦਿਨਾਂ ਦੇ ਬਾਅਦ ਜਿਹੜੀ ਆ ਹੋਰ ਵੀ ਵੋਟ ਕਾਫੀ ਵੱਧ ਜਾਵੇਗੀ ਜਦੋਂ ਲਗਭਗ 10000 ਦੇ ਕਰੀਬ ਵੋਟ ਹੋ ਜਾਂਦੀ ਹੈ ਤਾਂ ਇੱਕ ਆਪਾਂ ਹੋਰ ਵੀਡੀਓ ਅਪਲੋਡ ਕਰਾਂਗੇ ਹੋ ਸਕਦਾ ਹੈ ਜਿਹੜੀ ਵੈਲਿਊ ਹੈ ਪਰਸੈਂਟੇਜ ਦੇ ਵਿੱਚ ਉਹ ਅੱਗੇ ਪਿੱਛੇ ਹੋ ਜਾਵੇ ਠੀ ਤਾਂ ਉਥੋਂ ਬਹੁਤ ਹੀ ਵਧੀਆ ਟਾਂਗ ਦੇ ਨਾਲ ਆਪਾਂ ਇੱਕ ਆਈਡੀਆ ਹੋਰ ਲਗਾਵਾਂਗੇ ਕਿ ਜਿਹੜੀ ਕੱਟ ਆਫ ਹੈ ਕਿੱਥੋਂ ਤੱਕ ਰਹਿਣ ਦੀ ਪੋਸੀਬਿਲਟੀ ਰਹੇਗੀ ਤਾਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹੀ ਕਹਿਣਾ ਸੀਗਾ ਕਿ ਜੇਕਰ ਤੁਹਾਡੇ 60 ਪਲੱਸ ਨੰਬਰ ਬਣ ਪਾ ਰਹੇ ਨੇ 60 ਪਲੱਸ ਠੀਕ ਹੈ ਤਾਂ ਤੁਹਾਨੂੰ ਫਿਜ਼ੀਕਲ ਟ੍ਰਾਇਲ ਦੀ ਜਿਹੜੀ ਤਿਆਰੀ ਹੈ ਉਹ ਕਰਨੀ ਚਾਹੀਦੀ ਹੈ ਕੈਟਾਗਰੀ ਜੇਕਰ ਆਪਾਂ ਗੱਲ ਕਰੀਏ ਜਰਨਲ ਕੈਟਾਗਰੀ ਵਾਲੇ ਵਿਦਿਆਰਥੀ ਹੋਗਾ OBC ਕੈਟਾਗਰੀ ਵਾਲੇ ਵਿਦਿਆਰਥੀ ਹੋਗਾ ਇਸ ਤਰ੍ਹਾਂ ਐਸਸੀਐਮ ਵੀ ਕੈਟਾਗਰੀ ਐਸਸੀਆਰਓ ਕੈਟਾਗਰੀ ਅਜੀ ਜੇਕਰ ਤੁਹਾਡੇ 60 ਪਲੱਸ ਨੰਬਰ ਬਣ ਪਰਨੇ ਐ ਐਸਸੀਐਮਬੀ ਦੀ ਜੇਕਰ ਆਪਾਂ ਗੱਲ ਕਰੀਏ ਜੇਕਰ ਤੁਹਾਡੇ 60 ਤੋਂ ਘੱਟ ਹੈਗੇ ਨੇ 50 60 ਦੇ ਵਿੱਚ ਹੈਗੇ ਨੇ ਤਾਂ ਫਿਰ ਵੀ ਤੁਹਾਨੂੰ ਫਿਜ਼ੀਕਲ ਟ੍ਰਾਇਲ ਦੀ ਜਿਹੜੀ ਤਿਆਰੀ ਕਰਨੀ ਚਾਹੀਦੀ ਆ ਬਾਕੀ ਜੇਕਰ ਆਪਾਂ ਗੜਾਗਰੀ ਦੀ ਗੱਲ ਕਰੀਏ ਤਾਂ ਉਹਨਾਂ ਦੀ 60 ਪਲੱਸ ਜਿਹੜੀ ਕੱਟ-ਆਫ ਰੈਂਡ ਦੀ ਪੌਸਿਬਿਲਿਟੀ ਰਹੇਗੀ ਤੁਹਾਨੂੰ ਫਿਜ਼ੀਕਲ ਟ੍ਰਾਇਲ ਦੇ ਲਈ ਜਿਹੜਾ ਬੁਲਾਇਆ ਜਾ ਸਕਦਾ ਬਟ ਫਾਈਨਲ ਲਿਸਟ ਦੇ ਵਿੱਚ ਨਾਮ ਆਉਂਦਾ ਹੈ ਕਿ ਨਹੀਂ ਆਉਂਦਾ ਇਹ ਆਪਾਂ ਸ਼ੋਰ ਨਹੀਂ ਕਹਿ ਸਕਦੇ ਤਾਂ ਇਹ ਹੀ ਇਨਫਰਮੇਸ਼ਨ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਦੇ ਰਹੀ ਸੀਗੀ ਵੀਡੀਓ ਨੂੰ ਵਾਤਵਾਦ ਸ਼ੇਅਰ ਜ਼ਰੂਰ ਕਰਿਓ ਐਂਡ ਜਿੰਨਾ ਵਿਦਿਆਰਥੀਆਂ ਨੇ ਚੈਨਲ ਨੂੰ ਹਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਐਂਡ ਨਾਲ ਹੀ ਬੈਲ ਆਈਕਨ ਤੇ ਪ੍ਰੈਸ ਕਰਕੇ 올 ਬਟਨ ਤੇ ਵੀ ਤੁਸੀਂ ਜ਼ਰੂਰ ਕਲਿੱਕ ਕਰ ਲੈਣਾ ਤਾਂ ਜੋ ਜਦੋਂ ਵੀ ਕੋਈ ਨੈਕਸਟ ਵੀਡੀਓ ਅਪਲੋਡ ਹੁੰਦੀ ਆ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟਾਈਮ ਮਿਲ ਸਕੇ ਇਸ ਤਰ੍ਹਾਂ ਬ ਜਿੰਨਾ ਵਿਦਿਆਰਥੀਆਂ ਦੇ ਜਿਹੜੇ ਮਾਰਕਸ ਨੇ ਬਹੁਤ ਘੱਟ ਗਏ ਨੇ ਠੀਕ ਹੈ ਤਾਂ ਉਹਨਾਂ ਵਿਦਿਆਰਥੀਆਂ ਨੇ ਮੈਨੂੰ ਇਸ ਨੰਬਰ ਤੇ ਹਾਂਜੀ ਇਸ ਨੰਬਰ ਤੇ ਤੁਸੀਂ ਮੈਨੂੰ WhatsApp ਥਰੂ ਆਪਣੀ ਆਈਡੀ ਐਂਡ ਪਾਸਵਰਡ ਜਿਹੜਾ ਸੈਂਡ ਕਰਨਾ ਹੈ 99146480 डबल 8 ਠੀਕ ਹੈ ਇਸ ਨੰਬਰ ਤੇ WhatsApp ਥਰੂ ਤੁਸੀਂ ਮੈਨੂੰ ਆਪਣੀ ਜਿਹੜੀ ਆਈਡੀ ਹੈ ਐਂਡ ਪਾਸਵਰਡ ਹੈ ਉਹ ਤੁਸੀਂ ਮੈਨੂੰ ਸੈਂਡ ਕਰਨਾ ਠੀਕ ਹੈ ਆਪਾਂ ਚੱਕ ਕਰਕੇ ਦੇਖਾਂਗੇ ਕਿ ਜਿਹੜੇ ਤੁਹਾਡੇ ਮਾਰਕਸ ਨੇ ਉਹ ਕਿੰਦਾ ਬਹੁਤ ਜ਼ਿਆਦਾ ਕੱਟ ਰਹੇ ਨੇ ਜਿਨ੍ਹਾਂ ਵਿਦਿਆਰਥੀਆਂ ਦੇ ਮਾਰਕਸ ਬਹੁਤ ਕੱਟ ਰਹੇ ਨੇ ਨਾਰਮਲਾਈਜੇਸ਼ਨ ਦੇ ਵਿੱਚ ਉਹਨਾਂ ਵਿਦਿਆਰਥੀਆਂ ਨੇ ਜਿਹੜੀਆਂ WhatsApp ਤੇ ਮੈਨੂੰ ਆਪਣੀ ਆਈਡੀ ਐਂਡ ਪਾਸਵਰਡ ਜਰੂਰ ਸੈਂਡ ਕਰਨਾ ਹੈ ਆਪਾਂ ਚੈੱਕ ਕਰਕੇ ਦੇਖਾਂਗੇ ਕਿ ਤੁਹਾਡੇ ਜਿਹੜੇ ਨੰਬਰ ਨੇ ਉਹ ਐਨਏ ਕਿਉਂ ਕੱਟ ਬਣ ਪਾ ਰਹੇ ਨੇ ਇਹ ਕ ਨਾਰਮਲਾਈਜੇਸ਼ਨ ਦੇ ਵਿੱਚ ਲਗਭਗ ਹਰੇਕ ਵਿਦਿਆਰਥੀ ਜਿਹੜੇ ਨੰਬਰ ਨੇ ਬਤੇ ਨੇ ਤੁਹਾਨੂੰ ਪਤਾ ਹੋਵੇਗਾ ਉਹ ਕੋਈ ਵਿਦਿਆਰਥੀ ਹੋਵੇਗਾ ਜਿਹਦੇ ਵਿਦਿਆਰਥੀ ਦੇ ਨੰਬਰ ਕੱਟੇ ਹੋਣਗੇ ਬਟ ਜ਼ਿਆਦਾਤਰ ਵਿਦਿਆਰਥੀ ਜੇ ਹਨ ਜਿਨ੍ਹਾਂ ਦੇ ਨਾਰਮਲਾਈਜੇਸ਼ਨ ਦੇ ਵਿੱਚ ਜਿਹੜੇ ਨੰਬਰ ਨੇ ਉਹ ਆਪਾਂ ਨੂੰ ਬਾਅਦ ਦੇਖਣ ਨੂੰ ਮਿਲਣੇ ਚਾਹੇ ਉਹ ਪੇਪਰ 2 ਸੀਗਾ ਚਾਹੇ ਉਹ ਪੇਪਰ 1 ਸੀਗਾ ਬਟ ਨੰਬਰ ਆਪਾਂ ਨੂੰ ਬਾਅਦ ਜਰੂਰ ਦੇਖਣ ਨੂੰ ਮਿਲਣੇ ਨੇ ਸੋ ਵੀਡੀਓ ਨੂੰ ਬਾਤਵਾ ਦੇ ਸ਼ੇਅਰ ਜ਼ਰੂਰ ਕਰਿਓ ਜਿੰਨੇ ਵੀ ਵਿਦਿਆਰਥੀ ਨੇ ਤਾਂ ਹੁਣ ਆਪਾਂ ਅੱਜ ਦੀ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆਂ ਮਿਲਦੇ ਆਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ